아아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 
ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰਿਆਂ ਨੂੰ, ਮੈਂ ਸ਼੍ਰੀ ਮੁਕਤਸਰ ਸਾਹਿਬ ਦੀ ਪਿੰਡ ਜਗਤ ਸਿੰਘ ਵਾਲਾ ਦੀ ਨਿਵਾਸੀ ਹਾਂ। ਨਾਮ ਮੇਰਾ ਹਰਜਿੰਦਰ ਕੌਰ ਆ। ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ, ਜਿੰਨੇ ਵੀ ਭੈਣ ਭਰਾ ਮੇਰਾ ਹੌਸਲਾ ਅਫਜਾਈ ਕਰਨ ਲਈ ਪਹੁੰਚੇ ਆ। ਸਲਿਊਟ ਆ ਮੇਰਾ ਉਹਨਾਂ ਭੈਣ ਭਰਾਵਾਂ ਨੂੰ ਦਿਲੋਂ। ਅਤੇ ਬਾਕੀ ਜੀ, ਅੱਜ ਮੈਂ ਇਸ ਮੋੜ 'ਤੇ ਆਈ, ਸਾਰਿਆਂ ਦੇ ਰੂਬਰੂ ਹੋਈ, ਇਹਦਾ ਮੇਨ ਕਾਰਨ ਤੁਹਾਨੂੰ ਮੈਂ ਦੱਸਦੀ ਹਾਂ। ਜੋ ਮੇਰੀ ਜ਼ਿੰਦਗੀ 'ਚ ਬੀਤੀਆਂ ਖਾਸ ਘਟਨਾਵਾਂ ਨੇ, ਇਹਦੇ ਪਿੱਛੇ ਇੱਕ ਮੇਰੀ ਦੁੱਖ ਭਰੀ ਕਹਾਣੀ ਆ। ਮੇਰੀ ਏਜ 24 ਸਾਲ ਦੀ ਆ, ਮੈਂ 10 ਕੁ ਸਾਲ ਦੀ ਏਜ ਸੀ ਉਦੋਂ। ਪਹਿਲਾਂ ਮੈਂ ਛੋਟੀ ਹੁੰਦੀ ਨੇ ਬਹੁਤ ਦੁੱਖ ਵੇਖ ਲਏ ਸੀ। 1996 ਈਸਵੀ ਵਿੱਚ ਮੇਰੇ ਤਾਇਆ ਜੀ ਸਰਦਾਰ ਨਛੱਤਰ ਸਿੰਘ, ਉਹਨਾਂ ਦੀ ਡੈਥ ਹੋਈ। ਉਦੋਂ ਬਾਅਦ ਸਾਨੂੰ 1998 ਈਸਵੀ ਵਿੱਚ ਮੇਰੇ ਵੱਡੇ ਵੀਰ ਜਗਸੀਰ ਸਿੰਘ, ਜਿਨ੍ਹਾਂ ਦੀ 26 ਸਾਲ ਦੀ ਉਮਰ ਸੀ, ਉਹਨਾਂ ਦੀ TB ਨਾਲ ਡੈਥ ਹੋਈ। ਉਸ ਤੋਂ ਬਾਅਦ ਪਰਮਾਤਮਾ ਦਾ ਕਹਿਰ ਸਾਡੇ ਪਰਿਵਾਰ 'ਤੇ ਉਵੇਂ ਹੀ ਜਾਰੀ ਰਿਹਾ। ਵੱਡਾ ਵੀਰ ਜੀ ਇੰਨਾ ਕਮਾਊ ਸਾਊ ਸੀ, ਜਿਹੜੇ ਵੀਰ ਦਾ ਦੁੱਖ ਪਾਪੇ ਨੇ ਆਪਦੇ ਦਿਲ 'ਤੇ ਲਾਇਆ। ਪਾਪੇ ਦੀ 1999 ਈਸਵੀ ਵਿੱਚ 18/12/1999 ਈਸਵੀ ਵਿੱਚ ਉਹਨਾਂ ਦੀ ਕੈਂਸਰ ਦੇ ਨਾਲ ਮੌਤ ਹੋਈ। ਫਿਰ ਛੋਟਾ ਵੀਰ ਜੀ ਮੋਹਨ ਸਿੰਘ, ਵਧੀਆ ਕੰਮ ਕਾਰ ਸਾਂਭਦੇ ਸੀ, ਸਾਡੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਸੀ ਉਹਨਾਂ ਦੇ ਸਿਰ 'ਤੇ। ਉਹਨਾਂ ਦਾ ਅਸੀਂ 2000 ਦੇ ਵਿੱਚ ਸ਼ਾਦੀ ਕੀਤੀ। ਇੱਕ ਰਾਤ ਅਸੀਂ ਭਾਬੀ ਜੀ ਨੂੰ ਲੈ ਕੇ ਆਏ, ਦੁਬਾਰਾ ਵੀਰ ਜੀ ਕਹਿਣ ਗਏ ਸਾਰੀਆਂ ਰਿਸ਼ਤੇਦਾਰੀਆਂ ਦੇ ਵਿੱਚ ਵੀ ਆਪਾਂ ਲੈ ਕੇ ਆਉਣਾ, ਅਖੰਡ ਪਾਠ ਕਰਾਉਣਾ। ਬਹੁਤ ਚਾਵਾਂ ਦੇ ਨਾਲ ਗਏ, ਮੰਡੀ 'ਚੋਂ ਫਸਲ ਵੇਚ ਕੇ ਗਏ ਉਹ। ਇੰਨੇ ਚਾਵਾਂ ਦੇ ਨਾਲ ਵੀ ਸਾਡੇ ਘਰੇ ਖੁਸ਼ੀਆਂ ਦਾ ਦਿਨ ਆਉਣ ਵਾਲਾ। ਜਦੋਂ ਵਾਪਸ ਆ ਰਹੇ ਸੀ, ਉਹਨਾਂ ਦੀ ਪਿੰਡ ਮਾੜੀ ਮੁਸਤ ਪਾ ਕੇ ਐਕਸੀਡੈਂਟ ਦੇ ਨਾਲ ਮੌਤ ਹੋ ਗਈ। ਉਹੀ ਮੇਰਾ ਵੀਰ ਸੀ ਜਿਹਨੇ ਇੱਕ ਦਿਨ ਮੈਨੂੰ ਸੱਥਰ 'ਤੇ ਬਹਿ ਕੇ ਕਿਹਾ ਸੀ, ਜਿੱਦਾਂ ਮੇਰੇ ਪਾਪੇ ਦਾ ਸੰਸਕਾਰ ਹੋਇਆ ਸੀ ਰਿਸ਼ਤੇਦਾਰਾਂ ਦੇ ਵਿੱਚ, ਮੈਂ ਪੁੱਛਿਆ ਸੀ ਵੀਰੇ ਅੱਜ ਆਪਣੇ ਘਰ 'ਚ ਬੰਦਾ ਕੌਣ ਆ? ਬਾਪੂ ਨਹੀਂ ਰਿਹਾ। ਉਹਨੇ ਮੈਨੂੰ ਇਹ ਗੱਲ ਕਹੀ ਸੀ, ਕਹਿੰਦਾ ਭੈਣੇ ਹਰ ਥਾਂ ਮੈਂ ਹਾਂ, ਮੈਂ ਤੁਹਾਡੇ ਸਿਰ 'ਤੇ ਹਾਂ। ਮੈਨੂੰ ਇਹ ਕਦੇ ਵੀ ਮੈਂ ਸੁਪਨੇ 'ਚ ਨਹੀਂ ਸੋਚਿਆ ਸੀ ਵੀ ਜਿਹੜੇ ਵੀਰ ਨੇ ਐਡੀ ਗੱਲ ਕਹੀ ਸਾਨੂੰ ਐਂ ਛੱਡ ਕੇ ਚਲੇ ਜਾਣਗੇ, ਇਹ ਮੇਰੇ ਸਿਰ 'ਤੇ ਸਹਾਰਾ ਨਹੀਂ ਰਹਿਣਾ। 9 ਮਹੀਨਿਆਂ ਦਾ ਹੀ ਟਾਈਮ ਸੀਗਾ ਜਦੋਂ ਵੀਰ ਜੀ ਸਾਨੂੰ ਹਮੇਸ਼ਾ ਲਈ ਇਹ ਦੁਨੀਆਂ 'ਚੋਂ ਛੱਡ ਕੇ ਚਲੇ ਗਏ। ਵੀਰ ਜੀ ਇੰਨੇ ਕੁ ਮਾੜੇ ਹਾਲਾਤ ਬਣ ਗਏ ਸੀ ਵੀ ਜੋ ਸਾਡੇ ਘਰ ਦੇ ਵਿੱਚ ਸੰਦ ਮਸ਼ੀਨਰੀ ਸੀ, ਬਾਈ ਵਰਗਿਆਂ ਦੀ ਮੌਤ ਤੋਂ ਬਾਅਦ, ਪਾਪੇ ਦੀ ਮੌਤ ਤੋਂ ਬਾਅਦ ਸਭ ਕੁਝ ਸੇਲ ਹੋ ਗਿਆ ਸੀ। ਜਿਹੜੀ ਜ਼ਮੀਨ ਉਹਦੇ ਵਿੱਚ ਬਿਲਕੁਲ ਫਸਲ ਹੋਣੋਂ ਹਟ ਗਈ ਸੀ, ਬਿਲਕੁਲ ਸਭ ਸਾਨੂੰ ਐਂ ਲੱਗਦਾ ਸੀ ਵੀ ਤਬਾਹ ਹੋ ਗਿਆ। ਇੰਨੇ ਬੰਦਿਆਂ ਦਾ ਘਰ 'ਚੋਂ ਚਲੇ ਜਾਣਾ ਜੀ ਇੱਕ ਤਬਾਹੀ ਵੱਲ ਹੀ ਸੰਕੇਤ ਕਰਦਾ। ਹੌਲੀ ਹੌਲੀ ਅਸੀਂ ਹੌਂਸਲਾ ਕੀਤਾ, ਮੰਮੀ ਮੰਜੇ 'ਚ ਪੈ ਗਈ। ਅਸੀਂ ਦੋਨਾਂ ਭੈਣਾਂ ਅਸੀਂ ਮੰਮੀ ਨੂੰ ਆਖਿਆ, ਮੰਮੀ ਤੂੰ ਡੋਲ ਨਾ, ਅਸੀਂ ਤੇਰੇ ਪੁੱਤ ਹਾਂ। ਮੈਂ ਮੰਮੀ ਨੂੰ ਹਮੇਸ਼ਾ ਹੀ ਕਿਹਾ ਮੈਂ ਤੇਰਾ ਪੁੱਤ ਬਣ ਕੇ ਦਿਖਾਊਂ। ਲੋਕ ਕਹਿੰਦੇ ਆ ਧੀਆਂ ਹੋਣਾ ਇੱਕ ਪਾਪ ਨਹੀਂ, ਬਹੁਤ ਵੱਡੀ ਚੀਜ਼ ਆ, ਸਮਾਜ ਦਾ ਸਾਨੂੰ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ। ਉੱਥੋਂ ਹੀ ਜਦੋਂ ਹੌਲੀ ਹੌਲੀ ਮੈਨੂੰ ਪਤਾ ਸੀ ਮੇਰੀ ਮਜਬੂਰੀ ਬਣ ਗਈ, ਅਤੇ ਮੈਂ ਖੇਤੀ ਕਰਨੀ ਸ਼ੁਰੂ ਕਰਤੀ। ਪੜ੍ਹਾਈ ਦੇ ਨਾਲ ਨਾਲ ਮੈਂ ਖੇਤੀ ਕਰੀ। ਕਈ ਵਾਰੀ ਮੇਰੇ ਵਿੱਚ ਪੜ੍ਹਾਈ ਵੀ ਛੁੱਟੀ, ਬਹੁਤ ਮੈਨੂੰ ਪ੍ਰੋਬਲਮ ਆਈਆਂ। ਭੈਣ ਭਰਾਵਾਂ ਨੇ, ਭਾਈਚਾਰੇ ਨੇ ਬਹੁਤ ਸਹਿਯੋਗ ਦਿੱਤਾ। ਉਦੋਂ ਬਾਅਦ ਖੇਤੀ ਕਰਨਾ ਮੇਰੀ ਮਜਬੂਰੀ ਬਣ ਗਿਆ। ਉਦੋਂ ਬਾਅਦ ਖੇਤੀ ਕਰਦੀ ਕਰਦੀ ਨੂੰ ਮੈਨੂੰ ਅੱਜ ਕੀ ਕਹਿਣਾ ਚਾਹੁੰਗੇ? ਅੱਜ ਮਾਣ ਆ ਮੈਨੂੰ ਆਪਣੇ ਹਲਕੇ ਦੇ ਪਿੰਡ ਜਗਤ ਸਿੰਘ ਵਾਲਾ ਦੀ ਇਸ ਮੇਰੀ ਛੋਟੀ ਭੈਣ ਹਰਜਿੰਦਰ ਕੌਰ 'ਤੇ। ਅੱਜ ਇਸ ਘਰ ਦਾ ਸਾਰੇ ਪੱਤਰਕਾਰ ਵੀਰ ਵੀ ਆਏ ਆ ਇੱਥੇ। ਬੜਾ ਹੀ ਗਮਗੀਨ, ਬੜਾ ਭਾਵਕ ਮਾਹੌਲ ਆ ਜਦੋਂ ਉਹਨਾਂ ਨੇ ਦੱਸਿਆ ਕਿ ਸਾਡੇ ਘਰ ਦੇ 6 ਜੀਅ ਇਸ ਜਹਾਨ ਤੋਂ ਤੁਰ ਗਏ। ਔਰ
ਉਸ ਤੋਂ ਬਾਅਦ ਕਿਵੇਂ ਇੱਕ ਧੀ ਨੇ ਪੁੱਤ ਬਣ ਕੇ ਵਿਖਾਇਆ। ਇਹ ਮਿਸਾਲ ਆ ਦੁਨੀਆ ਦੇ ਵਿੱਚ ਲੋਕ ਧੀਆਂ ਜੰਮਣ 'ਤੇ ਜਿਹੜੇ ਦੁੱਖ ਮਨਾਉਂਦੇ ਆ, ਉਹਨਾਂ ਨੂੰ ਦੇਖਣਾ ਚਾਹੀਦਾ ਕਿ ਪੁੱਤਾਂ ਨਾਲੋਂ ਧੀਆਂ ਵੱਧ ਸਹਾਈ ਹੁੰਦੀਆਂ। ਇਸ ਲੜਕੀ ਨੇ ਉਹ ਕਰ ਵਿਖਾਇਆ ਜੋ ਅੱਜ ਦੀ ਨੌਜਵਾਨ ਪੀੜ੍ਹੀ, ਮੈਂ ਤਾਂ ਇਹ ਕਹੂੰਗਾ ਕਿ ਅੱਜ ਦੇ ਨੌਜਵਾਨ ਜਿਹੜੇ ਲੜਕੇ ਆ ਉਹ ਨਹੀਂ ਕਰ ਸਕਦੇ। ਮੈਂ ਬੜੇ ਬੜੇ ਵੱਡੇ ਘਰਾਂ ਦੇ ਦਰਮਿਆਨੇ ਜ਼ਿਮੀਂਦਾਰ ਘਰਾਣਿਆਂ ਦੇ ਲੜਕੇ ਦੇਖੇ ਆ ਜਿਹੜੇ ਸਵੇਰੇ ਸੂਟਡ ਬੂਟਡ ਹੋ ਕੇ ਸ਼ਹਿਰ ਵੱਲ ਚਲੇ ਜਾਂਦੇ ਆ, ਪਿੰਡ ਦੇ ਵਿੱਚ ਆਪਣਾ ਕੰਮ ਕਰਨ ਦੀ ਥਾਂ 'ਤੇ ਵਿਦੇਸ਼ਾਂ ਵੱਲ ਜਾ ਰਹੇ ਆ। ਪਿਛਲੇ 3 ਸਾਲਾਂ ਦੇ ਵਿੱਚ ਕਈ ਹਜ਼ਾਰ ਕਰੋੜ ਜਿਹੜਾ ਸਰਮਾਇਆ ਹੈ ਪੰਜਾਬ ਦਾ, ਇਹ ਬਾਹਰਲੇ ਮੁਲਕਾਂ ਦੇ ਵਿੱਚ ਚਲਾ ਗਿਆ, ਕਿਉਂਕਿ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਬਾਹਰ ਜਾ ਰਹੀ ਹੈ। ਲੇਕਿਨ ਇਸ ਲੜਕੀ ਨੇ ਇਹ ਦਰਸਾ ਦਿੱਤਾ ਕਿ ਜੇ ਮੈਂ ਇੱਥੇ ਲੜਕਾ ਬਣ ਕੇ ਕੰਮ ਕਰ ਸਕਦੀ ਹਾਂ, ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿ ਗੁਰੂ ਮਹਾਰਾਜ ਦੀ ਕਦੋਂ ਕਿਸੇ 'ਤੇ ਕਿਰਪਾ ਹੋ ਜੇ, ਕਦੋਂ ਕਿਸੇ 'ਤੇ ਕੋਈ ਆਫਤ ਆ ਜੇ। ਔਰ ਇਸ ਲੜਕੀ ਨੇ ਉਹ ਜਿਹੜੀ ਆਫਤ ਆ ਉਹ ਉਸ ਆਫਤ ਦਾ ਡਟ ਕੇ ਮੁਕਾਬਲਾ ਕੀਤਾ, ਔਰ ਐਡੀ ਛੋਟੀ ਉਮਰ ਦੇ ਵਿੱਚ ਟਰੈਕਟਰ ਚਲਾਉਣਾ, ਪੱਠੇ ਵੱਢਣੇ, ਰੇਹ ਸਪਰੇਅ ਕਰਨੀ, ਮੰਡੀ ਜਾ ਕੇ ਆਪਦੀ ਫਸਲ ਵੇਚ ਕੇ ਆਉਣੀ ਔਰ ਹਿਸਾਬ ਕਿਤਾਬ ਕਰਨਾ। ਔਰ ਇੱਕ ਜਿਹੜੀ ਮੰਗ ਰੱਖੀ ਆ ਹਰਜਿੰਦਰ ਕੌਰ ਨੇ ਕਿ ਸਾਡੇ 'ਤੇ ਕਰਜ਼ਾ ਹੈ ਲਿਮਿਟ ਦਾ, ਮੇਰੇ ਨਾਲ ਗੱਲਬਾਤ ਕਰਦਿਆਂ ਵੀ ਕਿਹਾ ਕਿ ਕੈਪਟਨ ਸਰਕਾਰ ਆ ਜਿਹੜੀ ਉਹ ਬਹੁਤ ਵਧੀਆ ਫੈਸਲੇ ਲੈ ਰਹੀ ਆ ਪੰਜਾਬ ਦੇ ਵਿੱਚ ਨਸ਼ਿਆਂ ਪ੍ਰਤੀ, ਔਰ ਖਾਸ ਕਰਕੇ ਜਿਹੜਾ ਕਰਜ਼ਾ ਕੁਰਕੀ ਦਾ ਸੀ। ਉਹਨਾਂ ਨੇ ਕਿਹਾ ਕਿ ਜੇ ਕਿਤੇ ਲਿਮਿਟਾਂ ਵਾਲੇ ਕਰਜ਼ੇ ਵੀ 5 ਲੱਖ ਤੱਕ ਦੇ ਮਾਫ਼ ਹੋ ਜਾਣ ਤਾਂ ਜਿਹੜੀ ਕਿਸਾਨੀ ਹੈ ਫਿਰ ਆਪਦੇ ਪੈਰਾਂ 'ਤੇ ਖੜੀ ਹੋ ਜੂਗੀ, ਕਿਉਂਕਿ ਜਿਹੜਾ ਅੰਨਦਾਤਾ ਹੈ ਪੰਜਾਬ ਦਾ ਇਹ ਬਹੁਤ ਭੈੜੇ ਦੌਰ 'ਚੋਂ ਗੁਜ਼ਰ ਰਿਹਾ, ਖੁਦਕੁਸ਼ੀਆਂ ਦੇ ਰਾਹ ਪੈ ਰਿਹਾ। ਮੈਂ ਬਤੌਰ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਹੋਣ ਦੇ ਨਾਤੇ ਪੰਜਾਬ ਦੇ ਖਜ਼ਾਨੇ ਦੇ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ, ਕਾਂਗਰਸ ਦੇ ਪ੍ਰਧਾਨ ਚੌਧਰੀ ਸੁਨੀਲ ਕੁਮਾਰ ਜੀ ਜਾਖੜ ਸਾਹਿਬ, ਔਰ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਕੋਲ ਵੀ ਇਹਨਾਂ ਦੀ ਆਪਦੀ ਭੈਣ ਦੀ ਜਿਹੜੀ ਇਹ ਕੋਈ ਦਰਖਾਸਤ ਆ ਜਿਹੜੀ ਪੰਜਾਬ ਸਰਕਾਰ ਕੋਲ 5 ਲੱਖ ਦੇ ਲਿਮਟਾਂ ਦਾ ਕਰਜ਼ਾ ਮਾਫ਼ ਕਰਨ ਦੀ, ਮੈਂ ਇਹਨਾਂ ਦੀ ਗੱਲ ਇਹਨਾਂ ਪੰਜਾਬ ਸਰਕਾਰ ਕੋਲ ਪਹੁੰਚਾਊਂਗਾ। ਔਰ ਇਹਨਾਂ ਨੂੰ ਮੈਂ ਇਹ ਗੱਲ ਕਹਿ ਕੇ ਚੱਲਿਆ ਕਿ ਕਦੇ ਵੀ ਤੁਹਾਨੂੰ ਆਪਦੇ ਇਸ ਵੀਰ ਦੀ ਲੋੜ ਪਵੇ, ਇਹਨਾਂ ਦਾ ਦੁੱਖ ਸੁੱਖ ਮੇਰਾ ਦੁੱਖ ਸੁੱਖ ਹੋਊਗਾ, ਮੈਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ ਦੁੱਖ ਸੁੱਖ ਦੇ ਵਿੱਚ ਬਰਾਬਰ ਖੜਾ ਹੋਊਂਗਾ। ਬਹੁਤ ਬਹੁਤ ਧੰਨਵਾਦ।